ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੁਮਾਤੁਲ ਮੁਬਾਰਕ ਦਾ। ਅਤੇ ਇਸ ਟਾਈਮ ਸਿਆਲਕੋਟ ਦੇ ਨਵੇਂ ਫਾਰਮਰ ਮੁਹੰਮਦ ਅਨਵਰ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ। ਅਤੇ ਮਾਸ਼ਾਅੱਲਾ ਜੀ, ਬਾਈ ਅਨਵਰ ਸਾਹਿਬ ਨੇ ਪਹਿਲੀ ਵੀਡੀਓ 'ਚ ਹੀ ਖੜਾ ਕੀਤਾ, ਦਿਲਖੁਸ਼ ਕੀਤਾ ਦੋਸਤਾਂ ਵਾਸਤੇ। ਤਿੰਨ ਟਾਪ ਕਲਾਸ ਖੂਬਸੂਰਤ ਪਹਿਲਵਾਨ ਗਾਵਾਂ ਲੈ ਕੇ ਆਏ ਨੇ, ਕਮ ਅਜ਼ ਕਮ ਕੀਮਤ 'ਤੇ ਜੀ 1,95,000। ਅਤੇ ਮਾਸ਼ਾਅੱਲਾ ਜੀ, ਅੱਜ ਦੀ ਇਸ ਵੀਡੀਓ 'ਚ 18 ਕਿਲੋ ਦੁੱਧ ਵਾਲੀ ਪਹਿਲਵਾਨ ਗਾਂ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਦੇ ਹਾਂ। ਬਾਈ ਅਨਵਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਵਾਲੇਕੁਮ। ਸਲਾਮ ਜੀ। ਬਾਈ ਅਨਵਰ ਸਾਹਿਬ, ਕੀ ਹਾਲ ਹੈ? ਠੀਕ ਹੋ? ਤੁਸੀਂ ਸੁਣਾਓ ਸਰ? ਅੱਲਾਹ ਪਾਕ ਦਾ ਸ਼ੁਕਰ ਉਹਦੀ ਜ਼ਾਤ ਦਾ ਕਰਮ ਹੈ। ਜਨਾਬ ਦੀ ਪਹਿਲੀ ਵੀਡੀਓ ਹੋਵੇ, ਮਿਹਨਤ ਤੁਸੀਂ ਕੀਤੀ ਹੈ ਦੋਸਤਾਂ ਵਾਸਤੇ, ਅੱਛੇ ਜਾਨਵਰ ਲੈ ਕੇ ਆਏ ਹੋ। ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਅਤੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਇਹ ਭਾਈ ਫਰਾਜ ਭਗਵਾਲ ਤੋਂ 3 ਕਿਲੋਮੀਟਰ ਇੱਥੇ ਖਾਨ ਵਾਲੀ ਪੰਪ, ਪੈਟਰੋਲ ਪੰਪ ਉੱਧਰੋਂ ਫਲੋਰਾ ਚੌਂਕ ਚਵਿੰਡਿਓ ਵੀ 3 ਕਿਲੋਮੀਟਰ ਹੈ, ਦੂਸਰਾ ਭਗਵਾਲੋਂ ਵੀ 3 ਕਿਲੋਮੀਟਰ ਹੈ। ਠੀਕ ਹੈ। ਦੂਸਰਾ ਥਾਣਾ ਫਲੋਰਾ ਨਾਲ ਲੱਗਦਾ, ਥਾਣੇ ਫਲੋਰਾ ਦੇ ਨਾਲ ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ। ਠੀਕ ਹੈ। ਥਾਣਾ ਫਲੋਰਾ, ਯਾਨੀ ਕਿ ਚੌਂਕ ਫਲੋਰੇ ਦੇ ਬਿਲਕੁਲ ਤੁਸੀਂ ਨਜ਼ਦੀਕ ਹੋ। ਭਗਵਾਲ ਤੋਂ ਵੀ ਤਕਰੀਬਨ 3 ਕਿਲੋਮੀਟਰ ਹੈ, ਚਵਿੰਡੇ ਤੋਂ ਵੀ 3 ਕਿਲੋਮੀਟਰ ਹੈ, ਤਹਿਸੀਲ ਪਸਰੂਰ ਹੈ, ਜ਼ਿਲ੍ਹਾ ਸਿਆਲਕੋਟ ਹੈ। ਮਜ਼ੀਦ ਤੁਹਾਡੇ ਨੰਬਰ ਸਕਰੀਨ 'ਤੇ ਹੁੰਦੇ ਨੇ, ਖੜਾ ਕਰੋ ਅਤੇ ਰੇਟ ਚੰਗੇ ਹੁੰਦੇ। ਹਾਂ ਜੀ, ਰੇਟ ਚੰਗੇ ਹੁੰਦੇ। ਕਰਾਈਏ ਸ਼ੋਕ? ਸ਼ੋਕ। ਠੀਕ। ਮਾਸ਼ਾਅੱਲਾ ਜੀ, ਵੈੜ ਨੰਬਰ 1 ਆ ਗਈ ਹੈ ਭਾਈ ਜਨ, ਜ਼ਰਾ ਚੱਕਰ ਲਓ ਜੀ। ਭਾਈ ਅਨਵਰ ਸਾਹਿਬ, ਗੱਬਾ ਨੇ ਜੀ ਸੂਆ ਕਿੰਨਵਾ ਸੁਣਿਆ ਨੇ? ਦੂਸਰਾ ਸੂਆ ਭਾਈ, ਦੂਸਰਾ ਸੂਆ ਸੁਣਿਆ। ਮਾਸ਼ਾਅੱਲਾ ਜੀ, ਹੈ ਵੀ ਸਿਹਤਮੰਦ ਦੇ ਥਣ ਸੋਹਣੇ ਲੱਗੇ ਨੇ। ਇਹ ਅਬਦੁੱਲਾ ਸਾਹਿਬ ਜ਼ਰਾ ਇੱਥੇ ਲਿਆ, ਖਿਲਾਰੋ ਜੀ। ਇਹ ਕਿੰਨੇ ਕੁ ਦਿਨ ਲੈ ਰਹੀ ਭਾਈ ਅਨਵਰ ਸਾਹਿਬ? 10 ਦਿਨ। ਠੀਕ ਹੈ, ਖਿਲਾਰੋ 10 ਕੁ ਦਿਨ ਲੈਂਦੀ ਵੀ ਜਿਹੜੇ ਦਿਨ ਦੱਸੀ ਦੇ ਨੇ, ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ। ਲਿਬਾਸ ਦੋਸਤਾਂ ਵੇਖ ਲੈਣਾ। ਸੂਆ ਦੂਸਰਾ ਸੁਣਿਆ, ਨਸਲ ਕੀ ਹੈ ਭਾਈ ਅਨਵਰ ਸਾਹਿਬ ਦੀ? ਜਰਸੀ ਤੇ ਕੋਈ ਸਾਹੀਵਾਲ ਦਾ ਕ੍ਰਾਸ ਹੈ। ਇਹ ਲਿਬਾਸ ਦੋਸਤਾਂ ਫਿਰ ਵੇਖ ਲੈਣਾ। ਠੀਕ ਹੈ ਭਾਈ, ਇਸ ਸਾਈਡ ਤੇ ਲਿਆਓ ਜੀ, ਬਾਰਿਸ਼ ਹੋ ਰਹੀ ਹੈ ਜ਼ਰਾ ਉਸ ਵਜ੍ਹਾ ਤੋਂ। ਇਹ ਵੈੜ ਨੰਬਰ 1 ਗੱਬਣ ਹੈ, ਸੂਆ ਦੂਸਰਾ ਸੁਣਿਆ, ਜਰਸੀ ਤੇ ਸਾਹੀਵਾਲ ਕ੍ਰਾਸ। ਸਿਹਤ ਵੀ ਦੋਸਤਾਂ ਵੇਖਣੀ ਹੈ, ਪ੍ਰਿੰਟ ਵੀ ਅੱਛਾ ਮਾਸ਼ਾਅੱਲਾ ਜੀ, ਸੋਹਣੇ ਥਣ ਲੱਗੇ ਨੇ। ਮੁੱਠੀ ਨੰਬਰ 1 ਤੇ ਆ ਗਈ ਹੈ ਭਾਈ, ਇੱਕ ਚੱਕਰ ਲਵਾ ਕੇ ਲਿਆਓ ਜੀ। ਲਿਬਾਸ ਦੋਸਤਾਂ ਫਿਰ ਚੈੱਕ ਕਰ ਲੈਣਾ ਅਤੇ ਕ੍ਰਾਸ ਵੀ ਅੱਛਾ, ਮਜ਼ਬੂਤ ਕ੍ਰਾਸ ਵਿੱਚ ਸਾਹੀਵਾਲ ਕ੍ਰਾਸ ਆ ਗਿਆ। ਗਰਮੀ ਵੀ ਨਹੀਂ ਕਰੇ ਦੀ, ਜਿਹੜਾ ਦੁੱਧ ਇਨਸ਼ਾਅੱਲਾ ਉਹ ਵੀ ਫੈਟ ਵਾਲਾ ਹੋਏਗਾ। ਲਿਆਓ ਭਾਈ ਜਾਨ, ਆਓ ਭਾਈ ਅਨਵਰ ਸਾਹਿਬ ਸਾਹਮਣੇ। ਇਹ ਵੈੜ ਨੰਬਰ 1 ਦਾ ਰੇਟ 1,95,000 ਠੀਕ ਹੈ, 1,95,000। ਬਾਕੀ ਇਹ ਗੱਲ ਹੈ ਭਾਈ ਫਰਾਜ਼, ਇਹ ਹੌਂਕੇ ਕਿ ਨਹੀਂ, ਅਗੋ ਗਰਮੀ ਆ ਰਹੀ ਹੈ, ਹੌਂਕੇ ਕਿ ਨਹੀਂ ਮੇਰੀ ਗਾਈ? ਅਗਰ ਵਿੱਚ ਸਾਹੀਵਾਲ ਕ੍ਰਾਸ ਹੈ, ਗਰਮੀ ਇਨਸ਼ਾਅੱਲਾ ਨਹੀਂ ਕਰੇ, ਜਿਹੜਾ ਦੁੱਧ ਹੈ ਉਹ ਵੀ ਫੈਟ ਵਾਲਾ ਹੋਏਗਾ। ਜੀ ਜੀ ਬਿਲਕੁਲ, ਦੁੱਧ ਵੀ ਅਤੇ ਦੂਸਰਾ ਥਣ ਵੱਲ ਚੰਗਾ ਇਹਦਾ, ਅਤੇ ਬੜੀ ਸਾਫ਼ ਸੁਥਰੀ ਬੈੜੀ ਹੈ ਇਨਸ਼ਾਅੱਲਾ, ਜਿਹਦਾ 8-10 ਦਿਨ ਤਕਰੀਬਨ ਇੰਨਾ ਕੁ ਲੈਂਦੀ ਹੈ। ਅੱਗੇ ਆ ਗਈ ਮਾਸ਼ਾਅੱਲਾ ਜੀ, ਵੈੜ ਨੰਬਰ 2 ਖੂਬਸੂਰਤੀ ਦੋਸਤਾਂ ਵੇਖਣੀ ਹੈ, ਥਣ ਵੀ ਸੋਹਣੇ ਨੇ। ਬਾਈ ਅਨਵਰ ਸਾਹਿਬ, ਆਇਓ ਜ਼ਰਾ ਨਜ਼ਦੀਕ, ਕਿੰਨਵਾਂ ਸੂਆ ਸੂਈ ਜੇ? ਸੂਆ ਦੂਸਰਾ ਸੂਈ ਹੈ, ਜਾ ਜ਼ਰਾ ਅੱਗੇ ਕਰਨਾ। ਲਿਬਾਸ ਸੋਹਣਾ ਕੀਤਾ, ਸੋਹਣੀ ਪੰਡ ਪਾਈ ਹੈ ਮਾਸ਼ਾਅੱਲਾ ਜੀ, ਥਣ ਵੀ ਸੋਹਣੇ ਲੱਗੇ ਨੇ। ਬਾਈ ਜਾਨ ਟੋਰੋ ਜ਼ਰਾ ਲੰਮੀ ਰੱਖ ਕੇ ਟੋਰੋ। ਬਾਈ ਅਨਵਰ ਸਾਹਿਬ, ਦਿਨ ਕਿੰਨੇ ਕੁ ਹੋ ਗਏ ਨੇ ਸੂਆ ਨੂੰ?
ਸੱਤ ਕੁ ਦਿਨ ਹੋ ਗਏ ਨੇ ਬਾਈ, ਇੱਥੇ ਜ਼ਰਾ ਸਿੱਧੀ ਕਰੋ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਅੱਖ ਮੋਟੀ ਮਾਸ਼ਾਅੱਲਾ ਜੀ, ਪ੍ਰਿੰਟ ਸੋਹਣਾ, ਪਿੱਛੇ ਜਾ ਬੱਚਾ ਜੀ, ਜਾ ਵੀ ਸਿਹਤਮੰਦ ਦੇ, ਨਾੜੂ ਵੀ ਸਾਹਮਣੇ ਨਜ਼ਰ ਆ ਰਿਹਾ ਦੋਸਤਾਂ, ਚੈੱਕ ਕਰ ਲੈਣਾ ਬਾਈ ਅਨਵਰ ਸਾਹਿਬ ਵੱਲੋਂ, ਜ਼ਰਾ ਜਾ ਦੋਸਤਾਂ ਨੂੰ ਤਸੱਲੀ ਕਰਾਈਏ, ਵਾਰਡ ਨੰਬਰ 2 ਸੁਬਾ ਦੂਸਰਾ ਸੂਈ ਹੈ, ਦਿਨ ਕੋਈ 7 ਕੁ ਹੋ ਗਏ ਨੇ, ਜਾ ਵੀ ਦੋਸਤਾਂ ਵੇਖ ਲੈਣਾ, ਸਿਹਤਮੰਦ ਦੇ ਮਾਸ਼ਾਅੱਲਾ ਜੀ, ਜ਼ਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ, ਅਤੇ ਥਣ ਦੋਸਤਾਂ ਵੇਖਣੇ ਨੇ, ਸੋਹਣੇ ਪਾਵਰਫੁੱਲ ਮੱਝਾਂ ਵਾਲੇ ਮੁੱਠੀ ਥਣ ਲੱਗੇ ਨੇ ਬਾਈ ਅਨਵਰ ਸਾਹਿਬ, ਦੁੱਧ ਕਿੰਨਾ ਕੁ ਦੇ ਰਹੀ ਹੈ? ਦੁੱਧ 14 ਕਿਲੋ ਹੈ, 14 ਕਿਲੋ ਬਾਈ, ਇੱਕ ਚੱਕਰ ਲਵਾਇਆ ਮਿੱਠਾ ਜਾ, ਅਬਦੁੱਲਾ ਸਾਹਿਬ ਚੱਕਰ ਲਵਾਇਆ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, ਠੀਕ ਹੈ ਮਾਸ਼ਾਅੱਲਾ ਜੀ, ਜਿੰਨਾ ਲਿਬਾਸ ਹੈ ਭਾਈ ਜੀ, 15-16 ਕਿਲੋ ਵੀ ਕਹਿ ਸਕਦੇ ਹਾਂ, ਲੇਕਿਨ ਵੀਡੀਓ ਪਹਿਲੀ ਹੈ, ਇਨਸ਼ਾਅੱਲਾ ਕੰਮ ਅੱਕ ਸੱਚ ਦਾ ਹੋਏ ਤਾਂ ਜੋ ਗੱਲਬਾਤ ਹੋਵੇ ਦੋਸਤਾਂ ਨੂੰ ਉਹੀ ਦੱਸੀ ਜਾਏਗੀ, ਭਾਈ ਜਾਨ ਲੈਵੋ ਜੀ ਲਿਬਾਸ, ਦੋਸਤਾਂ ਫਿਰ ਚੈੱਕ ਕਰਨਾ, ਸਿਹਤ ਅੱਛੀ, ਸੁਬਾ ਦੂਸਰਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 14 ਕਿਲੋ ਦੁੱਧ ਪਿੱਛੇ ਦੇ ਬੱਚਾ, ਨਸਲ ਕੀ ਭਾਈ ਅਨਵਰ ਸਾਹਿਬ ਦੀ? ਜਰਸੀ ਤੇ ਚੋਲਸਤਾਨੀ ਕ੍ਰਾਸ ਹੈ, ਮਜ਼ਬੂਤ ਕ੍ਰਾਸ ਹੈ, ਗਰਮੀ ਬਿਲਕੁਲ ਨਹੀਂ ਕਰੇਗੀ, ਦੁੱਧ ਜਿਹੜਾ ਇਨਸ਼ਾਅੱਲਾ ਉਹ ਵੀ ਫੈਟ ਵਾਲਾ ਹੋਏਗਾ, ਲਿਬਾਸ ਦੋਸਤਾਂ ਫਿਰ ਚੈੱਕ ਕਰ ਲੈਣਾ, ਸੋਹਣਾ ਲਿਬਾਸ ਕੀਤਾ, ਨੰਬਰ 2 ਤੇ ਚੈੱਕ ਕਰਾਈਏ, 7 ਕੁ ਦਿਨ ਹੋ ਗਏ ਨੇ ਜੀ ਭਾਈ ਅਨਵਰ ਸਾਹਿਬ, ਕਰੋ ਹਜ਼ਾਰ ਖੜਾ, ਕੀ ਕੀਮਤ ਇਹਦੀ? ਇਹਦਾ 2,65,000 ਰੁਪਇਆ ਮੁਲਕਾਂ ਦੇ, ਠੀਕ ਹੈ। ਦੂਸਰੀ ਇਹ ਗੱਲ ਹੈ ਕਿ ਟਾਈਮ ਰੱਖ ਕੇ 6 ਤੋਂ 6 ਜੀ ਜੀ ਟਾਈਮ ਰੱਖ ਕੇ 6 ਜੋ ਮੇਰੀ ਗਾਈ ਚੋਣ ਦੁੱਧ ਘਟੇ, ਗਾਈ ਫ੍ਰੀ ਦੇਖਣਾ, ਜ਼ਿੰਦਾਬਾਦ, ਗਾਈ ਫ੍ਰੀ ਦੇਖਣਾ, ਬੰਦੇ ਬੰਦੇ ਵੀ ਚਾਹ ਸੱਦ ਲੈਣਾ, ਮਨ ਕੇ ਗਾਈ ਹੁੰਦਾ ਨਾ ਉਰਲੀ ਪਰਲੀ ਮਾਰੀ, ਠਾਰ ਦੁੱਧ ਹੋਣਾ, ਇਹ 10 ਕਿਲੋ ਜੀ ਮੇਰੀ ਗਾਈ ਦਾ, 20 ਕਿਲੋ ਜੀ, 18 ਕਿਲੋ ਜੀ, ਗਲਤ ਪੈ ਨਹੀਂ, 6 ਤੋਂ 6 ਟਾਈਮ ਰੱਖ ਕੇ ਗਾਈ ਬੰਦੇ ਭਾਈ ਨੂੰ ਚੋਣ, ਬਜ਼ੁਰਗ ਆਣ ਕੇ ਇਹਨੂੰ ਚੋਣ, ਬੰਦੇ ਨਾਲ ਦੋ ਚਾਰ ਇਹਨੂੰ ਵੇਖਣ, ਚੋਣ ਛੋਣ, ਦੁੱਧ ਘਟੇ, ਗਾਈ ਫ੍ਰੀ ਦੇਣਾ ਜੀ, ਜ਼ਬਰਦਸਤ ਹੋ ਗਿਆ, ਕੀਮਤ ਡਿਮਾਂਡ 2,65,000 ਨੰਬਰ 2 ਤੇ ਚੈੱਕ ਕਰਾਈ ਅੱਗੇ ਮਾਸ਼ਾਅੱਲਾ ਜੀ, ਅੱਜ ਦੀ ਵੀਡੀਓ ਦੀ ਟਾਪ ਕਲਾਸ ਕਾਦਾਵਰ ਮੋਨੀ ਵੈੜ ਆ ਗਈ ਮਾਸ਼ਾਅੱਲਾ ਜੀ, ਖੂਬਸੂਰਤੀ ਦੋਸਤਾਂ ਵੇਖ ਲੈਣੀ, ਥਾਣਾ ਦੇ ਵੀ ਸੋਹਣੇ, ਪਾਵਰਫੁੱਲ, ਜਸਾਮਤ ਵੱਡੀ ਹੈ, ਹਰ ਵੀਡੀਓ 'ਚ ਇਹੋ ਜਿਹਾ ਜਾਨਵਰ ਸ਼ਾਮਿਲ ਨਹੀਂ ਹੁੰਦਾ, ਅਤੇ ਭਾਈ ਅਨਵਰ ਸਾਹਿਬ ਨੇ ਪਹਿਲੀ ਵੀਡੀਓ 'ਚ ਮਿਹਨਤ ਕੀਤੀ ਹੈ ਦੋਸਤਾਂ ਵਾਸਤੇ, ਖੂਬਸੂਰਤ ਨਸਲੀ ਜਾਨਵਰ ਲੈ ਕੇ ਆਏ ਨੇ, ਨੰਬਰ 3 ਤੇ ਚੈੱਕ ਕਰਾਉਂਦੇ ਹਾਂ, ਪਿਆ ਵੀ ਸੂਈ ਹੈ ਜੀ, ਟੋਰੋ ਭਾਈ ਟੋਰੋ ਲਵਾ, ਚੱਕਰ ਲਵਾ ਕੇ ਲਿਆਓ ਜੀ ਭਾਈ ਅਨਵਰ ਸਾਹਿਬ, ਕਿਨਵਾਂ ਸੁਬਾ ਸੂਈ ਹੈ ਜੀ? ਸੁਬਾ ਠੀਕ ਹੈ, ਮੋਨੀ ਹੈ ਸੁਬਾ ਦੂਸਰਾ ਮਾਸ਼ਾਅੱਲਾ ਜੀ, ਇਹ ਵੀ ਜਰਸੀ, ਕੰਨ ਛੋਟੇ ਨੇ, ਇਹ ਵੀ ਜਰਸੀ ਅਤੇ ਕੋਈ ਚੋਲਸਤਾਨੀ ਦੇ ਵਿੱਚ ਇਹਦੇ ਕ੍ਰਾਸ ਹੈ ਮਾਸ਼ਾਅੱਲਾ ਜੀ, ਜਸਾਮਤ ਵੱਡੀ ਹੈ, ਕੰਨ ਛੋਟੇ ਨੇ, ਜਰਸੀ ਅਤੇ ਚੋਲਸਤਾਨੀ ਕ੍ਰਾਸ, ਕਿੱਦੂ ਦੀ ਸੂਈ ਹੈ? ਅੱਛਾ 3 ਕੁ ਮਹੀਨੇ ਹੋ ਗਏ ਨੇ, ਸੁਬਾ ਦੂਸਰਾ ਸੂਈ ਹੈ ਤੇ ਮਹੀਨਾ ਕੁ ਹੋ ਗਿਆ ਗ੍ਰਾਸ ਹੋਈ ਹੈ, ਲੇਕਿਨ ਉਸ ਚੀਜ਼ ਦੀ ਗਰੰਟੀ ਨਹੀਂ, ਕਿਉਂਕਿ ਮਹੀਨੇ ਦੀ ਗਰੰਟੀ ਕੀ ਦੇਣੀ ਹੈ? ਪਿੱਛੇ ਤੇ ਜਾ ਕੀ ਬੱਚਾ ਜੀ, ਪਿੱਛੇ ਤੇ ਬੱਚਾ ਮਾਸ਼ਾਅੱਲਾ ਜੀ, ਜਾ ਵੀ ਦੋਸਤਾਂ ਵੇਖ ਲੈਣਾ, 3 ਮਹੀਨੇ ਦਾ ਜਾ ਵੀ ਚੰਗਾ ਸਿਹਤਮੰਦ ਬੱਚਾ ਹੈ, ਵਾਰਡ ਨੰਬਰ 3 ਸੁਬਾ ਦੂਸਰਾ ਸੂਈ ਹੈ, 3 ਕੁ ਮਹੀਨੇ ਹੋ ਗਏ ਨੇ ਮਾਸ਼ਾਅੱਲਾ ਜੀ, ਬਾਈ ਹਲਕਾ ਜਿਹਾ ਚੱਕਰ ਲਵਾ ਕੇ ਫਿਰ ਲਿਆਉਣਾ ਜੀ, ਸਾਡੀ ਗਾਈ ਜਿਹੜੀ ਇਹਨਾਂ ਹੋਂਕੇ ਦੋਸਤਾਂ ਨੂੰ ਸ਼ਰਾਫਤ ਵੀ ਚੈੱਕ ਕਰਾਉਂਦੇ ਨੇ, ਥਣ ਦੋਸਤਾਂ ਫਿਰ ਵੇਖ ਲੈਣੇ ਨੇ, ਦੁੱਧ 18 ਕਿਲੋ ਵੇ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, ਅਗਰ ਕਿਸੇ ਦੋਸਤ ਨੂੰ ਕੋਈ ਡਾਊਟ ਹੋਏ, 2-4 ਦਫਾ ਚੁਆਈ ਕਰਾ ਸਕਦਾ, ਤੇ ਜਰਸੀ ਤੇ ਚੋਲਸਤਾਨੀ ਕਰਾ ਸਕਦਾ ਸਾਹਿਬ, ਅਸੀਂ ਕੋਈ ਦਿਨ ਹੋ ਗਏ ਨੇ ਜਾ ਰਹੇ, ਮਤਲਬ ਛੱਡਦੇ ਨੇ, ਠੀਕ ਹੈ, ਇੱਥੇ ਹੀ ਬਾਲਟੀ ਲਿਆ ਕੇ ਤੇ ਇੱਥੇ ਹੀ ਚੋ ਸਕਦੇ, ਠੀਕ ਹੈ, ਯਾਨੀ ਕਿ ਹਾਂਜੀ, ਨਾ ਪਹਾੜੇ ਦੀ ਜ਼ਰੂਰਤ ਹੈ, ਨਾ ਜਾ ਦੀ ਜ਼ਰੂਰਤ ਹੈ, ਜਾ ਤੋਂ ਬਗੈਰ ਵੀ ਜਿਹੜਾ ਕਿ ਚੁਆਈ ਹੋ ਸਕਦੀ, ਠੀਕ ਹੈ, ਜਾ ਹੋਵੇ ਜੀ ਸਾਹਮਣੇ, ਦੁੱਧ 18 ਤੋਂ ਘਟੇ,
ਠੀਕ ਹੈ 18 ਤੋਂ 19 ਹੋ ਸਕਦਾ, 17 ਨਹੀਂ ਹੋ ਸਕਦਾ। ਜ਼ਿੰਦਾਬਾਦ। ਮੈਂ ਕਿਹਾ ਸ਼ਾਮੀ 6 ਵਜੇ ਖਾਲੀ ਕਰਨ, ਸਵੇਰੇ ਫਿਰ 6 ਵਜੇ ਸਾਡੇ ਕੋਲ ਆਣ ਕੇ ਤੇ ਗਾਂ ਚੋਣ, ਦੁੱਧ ਘਟੇਗਾ ਨਹੀਂ ਇਨਸ਼ਾਅੱਲਾ। ਠੀਕ ਹੈ, ਮਾਸ਼ਾਅੱਲਾ। ਤੇਜ਼ੀ ਹੁੰਦੀ ਆ ਬਿਲਕੁਲ ਜੀ। ਵੇਖੋ ਨਾ ਇਹ ਜਿਹੜੀ ਗੱਲ ਤੁਸੀਂ ਕਰਦੇ ਹੋ, ਜਿਹੜਾ 2 ਦਫਾ ਚਵਾਈ ਵਾਲੂ ਕਹਿੰਦਾ ਉਹਨੂੰ ਪਤਾ ਹੈ ਕਿ ਮੇਰੇ ਜਾਨਵਰ ਕੋਲ ਕੁਛ ਹੈ ਤੇ ਮੈਂ 2 ਦਫਾ ਚਵਾਈ ਕਰਾਉਣੀ ਹੈ। ਨਿਕਲ ਦੇ, ਨਹੀਂ ਤੇ ਇੱਕ ਚਵਾਈ ਚ ਪੂਰਾ ਕਰਕੇ ਇਹ ਜਿਹੜੇ ਨੇ ਖਰੀਦਦਾਰ। ਠੀਕ ਹੈ, ਨੰਬਰ 3 ਵਜੇ ਜਾਂ 5 ਵਜੇ ਕੋਈ ਵੀ ਟਾਈਮ ਰੱਖ ਲੈ। ਠੀਕ ਹੈ ਜੀ ਭਾਈ ਅਨਵਰ ਸਾਹਿਬ, 62 ਨੰਬਰ 3 ਦਾ ਰੇਟ, ਇਹਦਾ ਰੇਟ 3,50,000 ਰੁਪਈਆ। ਇਹ ਵੱਛੇ ਸਮੇਤ? ਵੱਛੇ ਸਮੇਤ। ਠੀਕ ਹੈ, ਜਾ ਯਾਨੀ ਕਿ ਵੱਛੇ ਸਮੇਤ ਕੀਮਤ ਡਿਮਾਂਡ 3,00,000 ਤੇ 25,000, 18 ਕਿਲੋ ਦੁੱਧ, ਮਹੀਨਾ ਹੋ ਗਿਆ ਗੂ ਕਰਾਸ ਹੋਈ ਹੈ, 3 ਮਹੀਨਿਆਂ ਦੀ ਸੂਈ ਹੈ, ਨਸਲ ਵੀ ਚੰਗੀ ਹੈ, ਨੰਬਰ 3 ਦੇ ਚੈੱਕ ਕਰਾਈਏ ਮਾਸ਼ਾਅੱਲਾ ਜੀ, ਤੇ ਟੋਟਲ 3 ਹੀ ਜਾਨਵਰ ਹਨ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਮਜ਼ੀਦ ਕੋਈ ਗੱਲਬਾਤ ਕਰਨੀ ਹੈ ਜਾਂ ਇਜਾਜ਼ਤ ਲਈ? ਬਸ ਭਾਈਆਂ ਇਹ ਹੀ ਹੈ, ਬਜ਼ੁਰਗਾਂ ਗਏ ਕਿ ਮੇਰੀ ਗਾਈਆਂ ਆਣ ਕੇ ਤਸੱਲੀ ਕਰਨ, 6 ਤੋਂ 6 ਟਾਈਮ ਰੱਖ ਕੇ, ਜਿਹੜਾ ਵੀ ਟਾਈਮ ਰੱਖਣਾ ਭਾਈਆਂ, ਤੇ ਦੁੱਧ ਘਟੇ ਜਨਾਬ, ਗਾਈਆਂ ਫ੍ਰੀ ਦੇਖਣਾ ਡਾਲੇ ਪਵਾੜਾ। ਜੀ ਭਾਈ ਅਨਵਰ ਸਾਹਿਬ, ਆਣ ਕੇ ਟਾਈਮ ਰੱਖ, 6 ਤੋਂ 6 ਚੋਣ। ਠੀਕ ਹੈ, ਆਪਣੇ ਹੱਥਾਂ ਚੋਕ ਜਾਣ। ਠੀਕ ਹੈ, ਆਪਣੇ ਹੱਥੀ ਸਵੇਰੇ ਫਿਰ ਅੰਗ ਚੋਣ। ਜੀ ਭਾਈ ਅਨਵਰ ਸਾਹਿਬ ਬਹੁਤ ਸ਼ੁਕਰੀਆ, ਉਮੀਦ ਕਰਦਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।